ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਬੀਸੀ ਦੇ ਨਾਲ ਬਣੇ ਹੋਏ ਹਾਂ ਸਾਰੇ ਦਰਸ਼ਕਾਂ ਦਾ ਮੈਂ ਮਨਦੀਪ ਸਿੰਘ ਨਿੱਘਾ ਸਵਾਗਤ ਕਰਦਾ ਅੱਜ ਦੀਆਂ ਪ੍ਰਮੁੱਖ ਅਤੇ ਚੋਣਵੀਆਂ ਖਬਰਾਂ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਜਿਨ੍ਹਾਂ ਉਤੇ ਤੁਹਾਡੀ ਅਤੇ ਸਾਡੀ ਨਜ਼ਰ ਹੋਣੀ ਬਹੁਤ ਜ਼ਰੂਰੀ ਹੈ ਅੱਜ ਦੀ ਪਹਿਲੀ ਖਬਰ ਹੈ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਿੱਚ ਇਲੈਕਟ੍ਰੋਨਿਕ ਹੁੱਕਾ ਮਿਲਿਆ ਇੱਕ ਇਲੈਕਟ੍ਰੋਨਿਕ ਹੁੱਕਾ ਮਿਲਿਆ ਅਤੇ ਕਈ ਹੋਰ ਸਮਾਨ ਨੇ ਜਿਹੜੇ ਜੇਲ੍ਹ ਦੇ ਅੰਦਰੋਂ ਬਰਾਮਦ ਹੋਏ ਨੇ ਪੂਰਾ ਮਾਮਲਾ ਕੀ ਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜੇਲ੍ਹ ਦੇ ਬਾਹਰੋਂ ਜੇਲ੍ਹ ਦੇ ਅੰਦਰ ਇੱਕ ਪੈਕੇਟ ਛੁਟਿਆ ਗਿਆ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਨੇ ਜਿਹੜੇ ਉਹ ਬਰਾਮਦ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਇਲੈਕਟ੍ਰੋਨਿਕ ਹੁੱਕਾ ਮਿਲਿਆ ਦੋ ਮੋਬਾਈਲ ਫੋਨ ਮਿਲੇ ਨੇ 19 ਗ੍ਰਾਮ ਗਾਂਝਾ ਵੀ ਮਿਲਿਆ ਅਤੇ 12 ਡੱਬੀਆਂ ਸਿਗਰਟਾਂ ਦੀਆਂ ਵੀ ਮਿਲੀਆਂ ਨੇ ਇਸ ਦੇ ਨਾਲ ਨਾਲ ਦੋ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ ਨੇ ਤਾਂ ਜੇਲ੍ਹਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਦੋਂ ਸਰਚ ਆਪਰੇਸ਼ਨ ਹੁੰਦੇ ਨੇ ਤਾਂ ਕੋਈ ਨਾ ਕੋਈ ਨਸ਼ੀਲਾ ਪਦਾਰਥ ਤੇ ਫੋਨ ਕੈਦੀਆਂ ਦੇ ਕੋਲੋਂ ਬਰਾਮਦ ਹੁੰਦਾ ਆ ਪੁਲਿਸ ਪ੍ਰਸ਼ਾਸਨ ਦੇ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਜੇਲ੍ਹਾਂ ਦੇ ਅੰਦਰ ਨਸ਼ਾ ਕਿਵੇਂ ਰੋਕਿਆ ਜਾ ਸਕੇ ਇੱਕ ਪੰਜਾਬ ਦੇ ਵਿੱਚ ਆਮ ਤੌਰ ਦੇ ਉਤੇ ਬਾਹਰ ਜਿਹੜਾ ਨਸ਼ਾ ਚੱਲਦਾ ਉਸ ਦੇ ਨਾਲ ਨਾਲ ਪੁਲਿਸ ਦੀ ਸਖਤ ਸੁਰੱਖਿਆ ਦੇ ਵਿੱਚ ਜੇਲ੍ਹਾਂ ਦੇ ਅੰਦਰ ਵੀ ਨਸ਼ਾ ਪਹੁੰਚ ਜਾਂਦਾ ਆ ਜਿਸ ਦੀਆਂ तमाम ਕਈ ਤਰ੍ਹਾਂ ਦੀਆਂ ਕੋਸ਼ਿਸ਼ੀਆਂ ਨੇ ਜਿਹੜੀਆਂ ਉਹ ਨਸ਼ਿਆਂ ਪਹੁੰਚਾਉਣ ਵਾਲੇ ਲੋਕਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਹਨ ਤਾਂ ਇੱਕ ਕੋਸ਼ਿਸ਼ ਹੁਣ ਇਹ ਹੋਈ ਹੈ ਕਿ ਜੇਲ੍ਹ ਦੇ ਬਾਹਰੋਂ ਜੇਲ੍ਹ ਦੇ ਅੰਦਰ ਇੱਕ ਪੈਕੇਟ ਸੁੱਟਿਆ ਗਿਆ ਜਿਹੜਾ ਕਿ ਪੁਲਿਸ ਦੇ ਜੇਲ੍ਹ ਪ੍ਰਸ਼ਾਸਨ ਦੇ ਹੱਥ ਚੜ ਗਿਆ ਜਿਸ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਇੱਕ ਇਲੈਕਟ੍ਰੋਨਿਕ ਸੁੱਟਾ ਨੇ ਇੱਕ ਹੁੱਕਾ ਨਿਕਲੇ ਆ ਉਸ ਦੇ ਨਾਲ ਨਾਲ 12 ਡੱਬੀਆਂ ਸਿਗਰਟ ਦੀਆਂ ਵੀ ਨਿਕਲੀਆਂ ਨੇ ਦੋ ਜਰਦੇ ਦੀਆਂ ਪੁੜੀਆਂ ਉਸ ਦੇ ਵਿੱਚੋਂ ਨਿਕਲੀਆਂ ਨੇ ਤੇ 19 ਗ੍ਰਾਮ ਗਾਂਝਾ ਵੀ ਨਿਕਲਿਆ ਤੇ ਦੋ ਮੋਬਾਈਲ ਫੋਨ ਵੀ ਪੁਲਿਸ ਦੇ ਹਵਾਲੇ ਹੋਏ ਨੇ ਹਾਲਾਂਕਿ ਜੇਲ੍ਹ ਦੇ ਵਿੱਚ ਵੀ ਜਦੋਂ ਤਲਾਸ਼ੀਆਂ ਲਈਆਂ ਜਾਂਦੀਆਂ ਨੇ ਤਾਂ ਕੈਦੀਆਂ ਦੇ ਕੋਲ ਨਸ਼ੀਲੇ ਪਦਾਰਥ ਤੋਂ ਲੈ ਕੇ ਫੋਨ ਵਗੈਰਾ ਸਾਰਾ ਕੁਝ ਬਰਾਮਦ ਹੁੰਦੇ ਨੇ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਜਾਂਦੇ ਨੇ ਪਰ ਇਸ ਵਾਰ ਪੁਲਿਸ ਨੇ ਚੌਕਸੀ ਵਰਤੀ ਹੈ ਅਤੇ ਜੇਲ੍ਹ ਦੇ ਬਾਹਰੋਂ ਜਿਹੜਾ ਪੈਕੇਟ ਹੈ ਜੇਲ੍ਹ ਦੇ ਅੰਦਰ ਸੁੱਟਿਆ ਗਿਆ ਉਸ ਦੀ ਜਦੋਂ ਤਲਾਸ਼ੀ ਹੋਈ ਆ ਤਾਂ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਨੇ ਜਿਹੜੇ ਉਹ ਬਰਾਮਦ ਹੋਏ ਨੇ ਤਾਂ ਇਸ ਮਾਮਲੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਕੀ ਜਾਂਚ ਹੋ ਰਹੀ ਹੈ ਕਿਸ ਨੂੰ ਫੜਿਆ ਜਾ ਰਿਹਾ ਹੈ ਪੂਰੀ ਗੱਲਬਾਤ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਹੀ ਤੁਹਾਡੇ ਨਾਲ ਸਾਂਝੀ ਕਰਦੇ ਹੈ ਅਸੀਂ ਇਹ ਫਾਇਰ ਨੰਬਰ 62 ਦਰਜ ਕੀਤੀ ਹੈ ਸਾਨੂੰ ਪੱਤਰ ਰਿਸਿਵ ਹੋਇਆ ਸੀ ਜੇਲ ਸੁਪਰਡੈਂਟ ਸਾਹਿਬ ਵੱਲੋਂ ਕਿ ਜੇਲ ਦੇ ਅੰਦਰ ਇੱਕ ਫੈਂਕਾ ਆਇਆ ਜਿਹੜਾ ਇਹਨਾਂ ਨੂੰ ਬਰਾਮਦ ਕੀਤਾ ਇਹਨਾਂ ਨੇ ਤੇ ਅਨਡੈਂਟੀਫਾਈਡ ਪਰਸਨਸ ਤੇ ਅਸੀਂ ਮਾਮਲਾ ਦਰਜ ਕੀਤਾ ਹੈ ਫੈਂਕੇ ਵਿੱਚੋਂ 12 ਕੁੜੀਆਂ ਸਿਗਰਟ ਦੀਆਂ ਮਿਲੀਆਂ ਦੋ ਪੁੜੀਆਂ ਜੜਦੇ ਦੀਆਂ ਮਿਲੀਆਂ ਇੱਕ ਡਾਟਾ ਕੇਬਲ ਮਿਲੀ ਹੈ ਇੱਕ ਇਲੈਕਟ੍ਰੋਨਿਕ ਹੁਕਾ ਮਿਲਿਆ ਤੇ ਦੋ ਮੋਬਾਈਲ ਫੋਨ ਮਿਲੇ ਹੈ ਤੇ 100 ਗ੍ਰਾਮ ਕੋਈ ਗਾਂਜੇ ਵਰਗੀ ਵਸਤੂ ਇਹਨਾਂ ਨੇ ਦੱਸੀ ਹੈ ਜਿੱਤੇ ਅਸੀਂ ਮਾਮਲਾ ਦਰਜ ਕੀਤਾ ਸਰ ਇਹ ਥਰੋ ਹੋਈ ਸੀਗੀ ਬਸ ਹਾਂਜੀ ਇਹਨਾਂ ਦੇ ਮੁਤਾਬਿਕ ਜਿਹੜਾ ਇਹਨਾਂ ਨੇ ਆਪਾਂ ਨੂੰ ਪੱਤਰ ਭੇਜਿਆ ਉਹਦੇ ਮੁਤਾਬਿਕ ਫੈਂਕਾ ਹੋਇਆ ਸੀਗਾ ਥਰੋ ਹੋਈ ਸੀ ਜਿਸ ਤੋਂ ਇਹ ਬਰਾਮਦ ਕੀਤਾ ਗਿਆ ਕਸਰ ਹੁਣ ਅੱਗੇ ਕੀ ਕਾਰਵਾਈ ਕਰ ਰਹੀ ਹੈ ਇਹ ਜੀ ਇਹਦੇ ਚ ਇਹਦੇ ਚ ਜਿਹੜੇ ਫੋਨਸ ਐ ਉਹਨਾਂ ਦੇ ਟੈਕਨੀਕਲੀ ਅਸੀਂ ਕਰਦੇ ਹੁੰਨੇ ਆ ਉਹਨਾਂ ਦੇ ਆਈਐਮਆਈਸ ਚੈੱਕ ਕਰਦੇ ਆ ਕਿੱਥੋਂ ਪਰਚੇਜ਼ ਹੋਇਆ ਸੋ ਬੈਕ ਲਿੰਕ ਕਰਕੇ ਇਹਨੂੰ ਟ੍ਰੇਸ ਕੀਤਾ ਜਾਂਦਾ ਸਰ ਅੱਗੇ ਵੀ ਹੋਇਆ ਹੋਇਆ ਬੈਕਿੰਗ ਕਰਡੇ ਹੋਇਆ ਬਿਲਕੁਲ ਜੀ ਅਸੀਂ ਇੱਕ ਪਿੱਛੇ ਅਸੀਂ ਗ੍ਰੋ ਫੜਿਆ ਸੀਗਾ ਜਿਨ੍ਹਾਂ ਨੇ ਜਿਹੜੇ ਫੈਂਕਾ ਕਰਦੇ ਸੀ ਟੋਟਲ 5 ਨੇ ਸੀਗੇ ਜਿਹੜੇ ਮੋਬਾਈਲ ਫੋਨਸ ਦੇ ਅੰਦਰ ਫੈਂਕਾ ਕਰਵਾਉਂਦੇ ਸੀਗੇ ਉਹ ਅਸੀਂ ਏਸੇ ਪ੍ਰੋਸੀਜਰ ਥਰੂ ਟ੍ਰੇਸ ਕੀਤਾ ਸੀਗਾ ਤੇ ਸਾਰੇ ਹੁਣ ਇਸ ਵੇਲੇ ਅਰੈਸਟਡ ਹੈ ਤੇ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਲਈ ਨੌਜਵਾਨ ਵਦੇਸ਼ੀ ਮੁਲਕਾਂ ਦੇ ਵਿੱਚ ਜਾਂਦੇ ਨੇ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਵੱਡੇ ਮੁਲਕਾਂ ਦੇ ਵਿੱਚ ਵਿਕਸਿਤ ਮੁਲਕਾਂ ਦੇ ਵਿੱਚ ਜਾਂਦੇ ਨੇ ਅਮਰੀਕਾ ਕੈਨੇਡਾ ਵਰਗੇ ਇੰਗਲੈਂਡ ਵਰਗੇ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਮੁਲਕਾਂ ਦਾ ਰੁਖ ਕਰਦੇ ਨੇ ਪਰ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਹੁੰਦੇ ਨੇ ਮੁੰਡੇ ਕੁੜੀਆਂ ਅਜਿਹੇ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਪੈਸਾ ਨਹੀਂ ਖਰਚ ਸਕਦੇ ਵਿਦੇਸ਼ ਜਾਣ ਦੇ ਲਈ ਇਸ ਕਰਕੇ ਉਹ ਕਈ ਅਜਿਹੇ ਮੁਲਕਾਂ ਦਾ ਰੁਖ ਕਰਦੇ ਨੇ ਜਿੱਥੇ ਸਖਤ ਮਿਹਨਤ ਦੇ ਨਾਲ ਕਾਫੀ ਪੈਸਾ ਬਣਾਇਆ ਜਾ ਸਕਦਾ ਜਿਨ੍ਹਾਂ ਦੇ ਵਿੱਚੋਂ ਅਰਬ ਕੰਟਰੀਆਂ ਮੁੱਖ ਦੇਸ਼ ਮੰਨੇ ਜਾਂਦੇ ਨੇ ਤਾਂ ਅਰਬ ਕੰਟਰੀਆਂ ਦੇ ਵਿੱਚ ਜਾਣ ਵਾਲੇ ਮੁੰਡੇ ਕੁੜੀਆਂ ਦੇ ਨਾਲ ਕਈ ਵਾਰ ਅਣਮਨੁੱਖੀ ਵਤੀਰਾ ਹੋਣ ਦੀਆਂ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਅਜਿਹੀ ਖਬਰ ਦੁਬਈ ਤੋਂ ਸਾਹਮਣੇ ਆਈ ਹੈ ਕਿ ਇੱਕ ਲੜਕੀ ਨੂੰ ਦੁਬਈ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਘਰੇਲੂ ਕੰਮਕਾਰ ਦਾ ਝਾਂਸਾ ਦੇ ਕੇ ਦੁਬਈ ਲੈ ਜਾਇਆ ਜਾਂਦਾ ਜਿੱਥੇ ਉਸ ਨੂੰ ਦੁਬਈ ਦੇ ਵਿੱਚ ਵੇਚ ਦਿੱਤਾ ਜਾਂਦਾ ਹੈ ਤੇ ਦੁਬਈ ਦੇ ਵਿੱਚ ਉਸ ਦਾ ਸ਼ੋਸ਼ਣ ਹੁੰਦਾ ਆ ਤਾਂ ਉਸ ਲੜਕੀ ਨੇ ਪੰਜਾਬ ਸਰਕਾਰ ਦੇ ਕੋਲ ਗੁਹਾਰ ਲਾਈ ਸੀ ਤਾਂ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਅਤੇ ਸਮਾਜਸੀ ਵੀ ਸੰਤ ਸੀਚੇਵਾਲ ਦੇ ਵੱਲੋਂ ਉਸ ਲੜਕੀ ਦੀ ਗੁਹਾਰ ਨੂੰ ਸੁਣ ਕੇ ਉਸ ਨੂੰ ਪੰਜਾਬ ਵਾਪਸ ਲਿਆਂਦਾ ਗਿਆ ਉਹ ਲੜਕੀ ਪੰਜਾਬ ਪਰਤਾਈਆ ਪਰ ਪੰਜਾਬ ਪਰਤ ਕੇ ਉਸ ਲੜਕੀ ਨੇ ਅਨੇਕਾਂ ਖੁਲਾਸੇ ਕੀਤੇ ਨੇ ਇੱਕ ਰੈਕਟ ਦਾ ਖੁਲਾਸਾ ਹੋਇਆ ਜਿਸ ਦੇ ਵਿੱਚ ਕਿ ਪੰਜਾਬ ਦੇ ਲੋਕ ਵੀ ਸ਼ਾਮਲ ਨੇ ਪੰਜਾਬ ਤੋਂ ਲੈ ਕੇ ਵਿਦੇਸ਼ੀ ਧਰਤੀਆਂ ਤੇ ਵੱਸਦੇ ਲੋਕ ਸ਼ਾਮਲ ਨੇ ਜਿਹੜੇ ਇਸ ਰੈਕਡ ਦੇ ਵਿੱਚ ਨੇ ਜੋ ਕਿ ਪੰਜਾਬ ਦੇ ਵਿੱਚ ਲੜਕੀਆਂ ਨੂੰ ਵਿਦੇਸ਼ਾਂ ਦੇ ਵਿੱਚ ਕੰਮ ਦਿਵਾਉਣ ਦਾ ਝਾਂਸਾ ਦਿਵਾ ਕੇ ਵਿਦੇਸ਼ਾਂ ਦੇ ਵਿੱਚ ਵੇਚ ਦਿੰਦੇ ਨੇ ਜਿੱਥੇ ਉਹਨਾਂ ਦਾ ਸਰੀਰਿਕ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਇੱਕ ਵੱਡਾ ਖੁਲਾਸਾ ਕੀਤਾ ਹੈ ਜਿਹੜੀ ਲੜਕੀ ਦੁਬਈ ਤੋਂ ਪਰਤੀ ਹੈ ਐਮਪੀ ਸੰਤ ਸੀਚੇਵਾਲ ਸੰਸੀਚੇਵਾਲ ਦੇ ਮਿਹਨਤ ਸਦਕਾ ਇਹ ਲੜਕੀ ਵਿਦੇਸ਼ ਤੋਂ ਦੁਬਈ ਤੋਂ ਪੰਜਾਬ ਪਰਤੀ ਹੈ ਇਸ ਨੂੰ ਪੰਜਾਬ ਆਪਣੇ ਪਰਿਵਾਰ ਦੇ ਵਿੱਚ ਵਾਪਸ ਲਿਆਂਦਾ ਗਿਆ ਆ ਪਰ ਕਈ ਸਵਾਲ ਖੜੇ ਕੀਤੇ ਨੇ ਇਸ ਲੜਕੀ ਨੇ ਕਈ ਖੁਲਾਸੇ ਕੀਤੇ ਨੇ ਇਸ ਲੜਕੀ ਨੇ ਜਿਹੜੀ ਪਰਤੀ ਹੈ ਦੁਬਈ ਤੋਂ ਜਿਸ ਦਾ ਇੱਕ ਦੁਬਈ ਦੇ ਵਿੱਚ ਵੇਚ ਦਿੱਤਾ ਗਿਆ ਸੀ ਇੱਕ ਪਰਿਵਾਰ ਦੇ ਵਿੱਚ ਘਰੇਲੂ ਕੰਮਕਾਰ ਦੀ ਨੌਕਰੀ ਦਾ ਝਾਂਸਾ ਦਿੱਤਾ ਗਿਆ ਸੀਗਾ ਕਿ ਦੁਬਈ ਦੇ ਵਿੱਚ ਕੋਈ ਪਰਿਵਾਰ ਹੈ ਉਸ ਨੂੰ ਘਰੇਲੂ ਕੰਮਕਾਰ ਕਰਨ ਦੇ ਲਈ ਇੱਕ ਲੜਕੀ ਦੀ ਲੋੜ ਹੈ ਏ ਨੌਕਰੀ ਦਾ ਵਾਅਦਾ ਕਰਕੇ ਇਸ ਲੜਕੀ ਨੂੰ ਪੰਜਾਬੋਂ ਜਿਹੜਾ ਦੁਬਈ ਲਜਾਇਆ ਗਿਆ ਕਪੂਰਥਲੇ ਤੋਂ ਦੁਬਈ ਭੇਜਿਆ ਜਾਂਦਾ ਜਿਸ ਜਿੱਥੇ ਉਸ ਨੂੰ ਵੇਚ ਦਿੱਤਾ ਜਾਂਦਾ ਆ ਤੇ ਉੱਥੇ ਉਸ ਦਾ ਸ਼ੋਸ਼ਣ ਵੀ ਹੁੰਦਾ ਆ ਤਾਂ ਇਸ ਲੜਕੀ ਨੇ ਕਿਹੜੇ ਖੁਲਾਸੇ ਕੀਤੇ ਨੇ ਕਿਹਨਾਂ ਦਾ ਨਾਮ ਸਾਹਮਣੇ ਆਇਆ ਕਿਸ ਰੈਕਟ ਦੀ ਗੱਲ ਕਰ ਰਹੀ ਆ ਤਾਂ ਇਸ ਤੋਂ ਬਾਅਦ ਸਰਕਾਰ ਇਸ ਰੈਕਟਾਂ ਦੇ ਬਾਰੇ ਹੁਣ ਕੀ ਕਰਨ ਜਾ ਰਹੀ ਆ ਇਹ ਤਮਾਮ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਹੋਈ ਹੈ ਇਸ ਲੜਕੀ ਦੀ ਅਤੇ ਐਮਪੀ ਸੰਤ ਸੀਚੇਵਾਲ ਦੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੀ ਵੀਰ ਜੀ ਮੈਂ ਜਨਕੀ ਗਈ ਸੀ ਆਪਣੇ ਘਰ ਦੀ ਕਰੀਬੀ ਦਾ ਘਰ ਕੇ ਸੋਚਿਆ ਸੀ ਮੈਂ ਵੀ ਚੱਲਣਾ ਬਾਹਰ ਜਾਨੀ ਆ ਕਿ ਮੇਰੇ ਹਸਬੰਦ ਤੋਂ ਤੁਹਾਡੀ ਡਿਕਸ ਦੀ ਪ੍ਰੋਬਲਮ ਕਰਕੇ ਨਹੀਂ ਐ tanto kam inna vi hunda si ਤਾਂ ਮੈਂ ਇਸ ਤਰ੍ਹਾਂ ਜਨਕੀ ਵੀ ਮੇਰੀ ਭੈਣ ਵਿਆਹੀ ਸੀ ਇੱਥੇ ਪਟਿਆ ਸ਼ਹਿਰ ਦੇ ਵਿੱਚ ਜਿਹਨੂੰ ਮੈਂ ਮਿਲੀ ਤੇ ਉਹਨੂੰ ਮੈਂ ਹਾਂ ਵੀ ਮੈਂ ਬਾਹਰ ਜਾਣਾ ਚਾਹਣੀ ਉਹ ਕਹਿੰਦੀ ਵੀ ਇੱਥੇ ਭੇਜਦੀ ਐ ਇੱਕ ਲੇਡੀ ਬਾਹਰ ਕੁੜੀਆਂ ਬਹੁਤ ਭੇਜੀਆਂ ਨੇ ਉਹਨੇ ਮੈਨੂੰ ਕਮਲ ਜੀਤਨਾ ਮਿਲਾਇਆ ਤੇ ਕਮਲ ਜੀਤ ਨੇ ਅੱਗੋਂ ਮੈਨੂੰ ਰੇਸ਼ਮ ਏਜੰਟ ਦਾ ਨੰਬਰ ਦਿੱਤਾ ਉਹਨੇ ਫਿਰ ਰੇਸ਼ਮ ਏਜੰਟ ਨਾਲ ਗੱਲ ਕਰਵਾਈ ਉਹਨਾਂ ਨੇ ਫਿਰ ਮੇਰਾ ਮੈਨੂੰ ਪਤਾ ਹੀ ਨਹੀਂ ਲੱਗਾ ਉਹਨਾਂ ਨੇ ਕਿੰਨੇ ਦਿਨਾਂ ਥੋੜੇ ਦਿਨਾਂ ਵਿੱਚ ਹੀ ਮੇਰਾ ਉਹਨਾਂ ਨੇ ਵੀਜ਼ਾ ਲਾ ਦਿੱਤਾ ਜਿਵੇਂ 5-4 ਦਿਨਾਂ ਦੇ ਵਿੱਚ ਹੀ ਕਿ ਜਿਹੜਾ ਫਿਰ ਲਾਈਟ ਜਲਦੀ ਵੀਜ਼ਾ ਆਉਂਦਾ ਵੀ ਨਹੀਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਨਹੀਂ ਤੇਰਾ ਵੀਜ਼ਾ ਲੱਗ ਨਹੀਂ ਸਕਦਾ ਤੂੰ ਨਹੀਂ ਜਾ ਸਕਦੀ ਮੁੜ ਕੇ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕੀ ਨਹੀਂ ਮੈਨੂੰ ਉਹਨਾਂ ਨੇ ਰਾਤ ਹੀ ਫੋਨ ਕਰਤਾ ਤੇਰਾ ਵੀਜ਼ਾ ਆ ਗਿਆ ਤੂੰ ਚਲੀ ਜਾ ਮੇਰੀ ਟਿਕਟੇ 5 ਤਰੀਕ ਦੀ ਲਵਾਉਂਦੇ ਸੀ ਮੈਂ ਹਾਂ ਨਹੀਂ ਮੇਰੇ ਕੋਲ ਪੈਸੇ ਹੈ ਨਹੀਂ ਨਹੀਂ ਜਲਦੀ ਮੈਂ ਨਹੀਂ ਲਵਾ ਸਕਦੀ ਮੈਨੂੰ ਉਹਨਾਂ ਨੇ ਖੁਦ ਆਪਦੇ ਮੂੰਹ ਕਹਿੰਦੇ ਰਹੇ ਕਹਿੰਦੇ ਤੂੰ ਵਿਆਜ ਤੇ ਚੁੱਕ ਲੈ ਪੈਸੇ ਤਾਂ ਮੈਂ ਉਹਦੇ ਪਿੱਛੇ ਲੱਗ ਕੇ ਵਿਆਜ 10000 ਰੁਪਏ ਵਿੱਚ ਉਹਨਾਂ ਜੂਨਾਂ ਲਾਉਂਦੀ ਸੀ ਮਜ਼ਦੂਰੀ ਕਰਦੀ ਸੀ ਉਹਦਾ ਸੀਗਾ ਮੇਰੇ ਕੋਲੇ ਤੇ ਮੈਂ 30-35000 ਰੁਪਏ ਕਰਕੇ ਇਹਨਾਂ ਨੂੰ ਦਿੱਤਾ ਇਹਨਾਂ ਨੇ ਮੈਨੂੰ ਜਾਨੀ ਕਿ 16 ਤਰੀਕ ਦੀ ਬਾਅਦ ਚ ਇਹਨਾਂ ਨੇ ਮੇਰੀ ਟਿਕਟ ਕਰਤੀ 16 ਤਰੀਕ ਨੂੰ ਮੈਂ ਗਈ ਜਦੋਂ ਚੋ ਮੇਰੀ 1-50 ਦੀ ਮੇਰੀ ਫਲੈਟ ਸੀਗੀ ਉੱਥੇ ਮੈਨੂੰ ਜਾਨੀ ਕਿ 4:30 ਪਹੁੰਚ ਗਈ ਘਰ ਉਹਨੇ ਤੇ 5 ਵਜੇ ਪਹੁੰਚੀ ਮੇਰੀ ਉਹਨਾਂ ਨੇ ਵਧੀਆ ਵੈਸੇ ਘਰ ਗਈ ਤਾਂ ਤਾਂ ਮੈਨੂੰ ਉਹਨਾਂ ਵਧੀਆ ਜਾਨੀ ਕਿ ਸਮਝਿਆ ਪਰ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਦਿਲ ਦੀ ਖੋੜਦਾ ਨਹੀਂ ਪਤਾ ਸੀ ਵੀ ਇਹਨਾਂ ਦੇ ਦਿਲ ਦੇ ਵਿੱਚ ਕੀ ਹੈ ਤੇ ਕੀ ਨਹੀਂ ਇਹਨਾਂ ਨੇ ਮੇਰੀ ਹਾਊਸਮੈਟ ਦੀ ਵੀਡੀਓ ਜਿਹੜੀ ਇੱਥੋਂ ਦੀ ਬਣਵਾਈ ਸੀ ਉਹਨਾਂ ਨੇ ਕੱਟ ਦਿੱਤੀ। ਉੱਥੇ ਜਾ ਕੇ ਫੇਰ ਉਹਨਾਂ ਨੇ ਬਣਾਈ ਮੇਰੀ ਹਾਊਸਮੈਟ ਦੀ ਵੀਡੀਓ ਕੱਲੀ ਮੈਨੂੰ ਕਹਿੰਦੇ ਵੀ ਤੂੰ ਹਾਊਸਮੈਟ ਤੇ ਸਿਲੈਕਟ ਹੋ ਗਈ ਤੂੰ ਲੱਗ ਜਾਣਾ ਅੱਜ ਰਾਤ ਨੂੰ ਕੰਮ। ਮੈਂ ਪੂਰਾ ਖੁਸ਼ ਹੋ ਗਈ ਮੈਂ ਚੱਲ ਪ੍ਰਮਾਤਮਾ ਨੇ ਮੈਨੂੰ ਆਂਦੇ ਕੰਮ ਦਿੱਤਾ ਬਹੁਤ ਵਧੀਆ ਗੱਲ ਆ। ਪਰ ਮੈਨੂੰ ਅੱਗੋਂ ਇਹਨਾਂ ਨੂੰ ਨਹੀਂ ਪਤਾ ਵੀ ਜਿਹੜਾ ਡਰਾਈਵਰ ਮੈਨੂੰ ਲੈ ਕੇ ਗਿਆ ਵਾ ਉਸੇ ਨਾਲ ਹੀ ਮੈਨੂੰ ਜਾਨੀ ਕੀ ਇਹਨਾਂ ਨੇ ਵੀ ਉਹਦੇ ਘਰ ਰਹਿਣ ਵਾਸਤੇ ਕਹਿ ਰਿਆ। ਮੈਂ ਉਹਨਾਂ ਨੂੰ ਪੁੱਛਿਆ ਮੈਂ ਫੈਮਿਲੀ ਉਹਨਾਂ ਦੀ ਵਗੈਰਾ ਵੀ ਰੋਟੀ ਜਨ ਕਿ ਉਹਨਾਂ ਨੇ ਕਿਹਾ ਲੈ ਜਾ ਉਹਦੇ ਵਾਸਤੇ ਮੈਂ ਉਹਨਾਂ ਵਾਸਤੇ ਰੋਟੀ ਲੈ ਕੇ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਸਾਹ ਤੁਹਾਡੀ ਫੈਮਲੀ ਜਾ ਕਿੱਥੇ ਜਾਂ ਉਹ ਕਹਿੰਦੇ ਫੈਮਲੀ ਤੁਸੀਂ ਮੇਰੀ ਘਰ ਪਰਿਵਾਰ ਫੈਮਲੀ ਤੌਰ ਤੇ ਰਹਿਣਾ ਮੈਂ ਉੱਥੇ ਰੋਈ ਕਿ ਕਿ ਬਹੁਤ ਮੈਂ ਜਾਨੀ ਕਿ ਕੋਸ਼ਿਸ਼ ਕੀਤੀ ਨਿਕਲਣ ਦੀ ਜਿੱਧਰ ਕਿ ਮੈਨੂੰ ਫਿਲਹਾਲ ਕੋਈ ਨਿਕਲਣ ਦੀ ਜਗ੍ਹਾ ਨਹੀਂ ਸੀਗੀ ਨਾ ਕੰਪਨੀ ਦਾ ਬਦਨਾਮ ਕਰਕੇ ਜਿੱਦਾਂ ਵੀ ਕੰਪਨੀ ਦਾ ਨਾਮ ਲੈ ਕੇ ਬਸ ਕੁੜੀਆਂ ਨੂੰ ਸ਼ਿਕਾਰ ਉੱਥੇ ਬਣਾਇਆ ਜਾਂਦਾ ਲ ਜਾ ਕੇ ਉਹ ਸਿੱਧਾ ਕੰਪਨੀ ਕੋਈ ਦਫ਼ਤਰ 'ਚ ਨਹੀਂ ਲੈ ਕੇ ਜਾਂਦੇ ਆਪਣੇ ਘਰ ਲੈ ਕੇ ਜਾਂਦਾ ਕੁੜੀਆਂ ਜਿੰਨੀਆਂ ਵੀ ਲੈ ਕੇ ਜਾਂਦਾ ਕਈ ਚਰਿਆngਾਂ ਡਰਦੀਆਂ ਕਹਿੰਦੀਆਂ ਕਈ ਨਹੀਂ ਕਹਿੰਦੀਆਂ ਕਿ ਕਿਹਦੀਆਂ ਅਸੀਂ ਸੇਫ ਹਾਂ ਕਈ ਕਈ ਦੱਸ ਦਿੰਦੀਆਂ ਹੋਣਗੀਆਂ ਪਰ ਇੰਨਾ ਮੁੱਦਾ ਨਹੀਂ ਮੈਨੂੰ ਪਤਾ ਚੱਕਦੀਆਂ ਨਹੀਂ ਕੋਈ ਬਾਬਾ ਜੀ ਦੇ ਐਡਵੋਕੇਟਸ ਨਾਲ رابطہ ਕਿਵੇਂ ਕੈਮ ਹੋਇਆ رابطہ ਇਹਨਾਂ ਦੀ ਮੇਰੇ ਘਰ ਦੇ ਜਾਨੀ ਕਿ ਇਸ ਦਾ ਮੈਂ ਉਹਨਾਂ ਨੂੰ ਕੀਤਾ ਤੇ ਉਹ ਕਿਤੇ ਮੈਰਿਜ ਤੇ ਗਿਆ ਹੀ ਉਹਨਾਂ ਨੇ ਉਦਾਂ ਵੀਰ ਦੀ ਮੰਮੀ ਨਾਲ ਗੱਲ ਕੀਤੀ ਤੇ ਵੀਰ ਜੀ ਨੂੰ ਉਹਨਾਂ ਨੇ ਦੱਸਿਆ ਤੇ ਫਿਰ ਇਸ ਤਰ੍ਹਾਂ ਕਰਕੇ ਇਹਨਾਂ ਨੇ ਬਾਬਾ ਜੀ ਨੂੰ ਦੱਸਿਆ ਮੇਰੀ ਮਨ ਲੱਗਾ ਗੱਲ ਵੀ ਸ਼ਾਇਦ ਬਾਬਾ ਜੀ ਨਾਲ ਇੱਕ ਦੋ ਵਾਰੀ ਹੋਈ ਮੈਨੂੰ ਲੱਗਾ ਬੁਕਾਇਦਾ ਤੁਸੀਂ ਫੋਨ ਕੀਤਾ ਸੀ ਹਾਂਜੀ ਹਾਂਜੀ ਮੈਨੂੰ ਫੋਨ ਕੀਤਾ ਸੀਗਾ ਕਰਨਾ ਸੰਭਵ ਸੀਗਾ ਫੋਨ ਕਰਨਾ ਥੋੜਾ ਸੰਭਵ ਸੀ ਮੁਰਤੇ ਉਹਨਾਂ ਨੇ ਜਦੋਂ ਪਤਾ ਲੱਗ ਗਿਆ ਵੀ ਇਹਨੇ ਇਦਾਂ ਕਰਦਾ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਸਾਰਾ ਕੁਝ ਉਹਨਾਂ ਨੇ ਫਿਰ ਮੈਨੂੰ ਮੇਰਾ ਸਾਰਾ ਕੁਝ ਹੀ ਖੋਲਿਆ ਉਹਨਾਂ ਨੇ ਕੁਝ ਨਹੀਂ ਮੇਰੇ ਕੋਲ ਰਹਿਣ ਦਿੱਤਾ ਕਿ ਜਿਲਾ ਫਿਲਹਾਲ ਮੈਨੂੰ ਕਿਸੇ ਕੋਲੋਂ ਨੰਗਣ ਹੋ ਜਗਾ ਨਹੀਂ ਫੋਨ ਵੀ ਉਹਨਾਂ ਨੇ ਖੋਲਿਆ ਫੋਨ ਤਾਂ ਉਹਨਾਂ ਨੇ ਮੈਨੂੰ ਅੱਜ ਦੇ ਦਿਨ ਤੱਕ ਨਹੀਂ ਦਿੱਤਾ ਕਿ ਮੇਰਾ ਵੀ ਤੁਸੀਂ ਆਪਣਾ ਫੋਨ ਲੈ ਕੇ ਜਾਓ ਜੋ ਮੇਰਾ ਇਧਰ ਦਾ ਲੀੜਾ ਕਪੜਾ ਮੈਂ ਲੈ ਗਈ ਮੈਂ ਭਜਦੀ ਥੋੜੀ ਦੀ ਉਹਨਾਂ ਨੇ ਮੇਰੇ ਕੱਪੜੇ ਲੀੜੇ ਸਾਰੇ ਪਾੜਦੇ ਜਿਹੜਾ ਕਿ ਮੈਂ ਪ੍ਰੂਫ ਲੈ ਕੇ ਆਉਣਾ ਚਾਹੁੰਦੀ ਸੀ ਵੀ ਮੈਂ ਉੱਥੇ ਜਾ ਕੇ ਵਿਖਾਉਂਗੀ ਪੰਜਾਬ ਦੇ ਵਿੱਚ ਵੀ ਇਦਾਂ ਕੀਤਾ ਜਾਂਦਾ ਕੁੜੀਆਂ ਨੇ ਉਹਨਾਂ ਨੇ ਪਹਿਲਾਂ ਹੀ ਮੇਰੇ ਤੋਂ ਅਲੱਗ ਕਰ ਦਿੱਤੇ ਕਿੰਨੇ ਕਿ ਲੋਕਾਂ ਦੇ ਨਕਸ਼ੇ ਸਮਝਦੇ ਦੇ ਵਿੱਚ ਮੇਰੇ ਤਕਰੀਬਨ ਉੱਥੇ 25-30 ਕੁੜੀਆਂ ਹੈਗੀਆਂ ਵਾਂ ਜਿਸ ਤਰ੍ਹਾਂ ਉਹਨਾਂ ਨੂੰ ਯਾਨੀ ਕਿ ਵਿਡਨੈਪ ਕਰਕੇ ਰੱਖਿਆ ਜਾਂਦਾ ਕਈ ਫਿਲਹਾਲ ਯਾਨੀ ਕਿ ਉਹਨਾਂ ਦੀ ਸਹਿਮਤੀ ਨਾਲ ਚੱਲ ਜਾਂਦੀਆਂ ਪਰ ਘਰ ਨਹੀਂ ਦੱਸਦੀਆਂ ਵਿਚਾਰੀਆਂ ਡਰਦੀਆਂ ਵਾਂ ਵੀ ਸ਼ਾਇਦ ਸਾਡੀ ਬਦਨਾਮੀ ਹੋ ਰਹੀ ਹੈ ਤੇ ਜਿੱਦਾਂ ਪਰ ਮੈਂ ਨਹੀਂ ਚਾਹੁੰਦੀ ਬਦਨਾਮੀ ਜਿਹੜੀ ਹੋਣ ਵਾਲੀ ਉਹ ਪੰਜਾਬ 'ਚ ਵੀ ਜਿਨ੍ਹਾਂ ਦੀ ਹੋਣੀ ਹੋ ਜਾਂਦੀ ਪਰ ਉੱਥੇ ਜਾ ਕੇ ਆਪਣੇ ਮਾਂ ਪਿਓ ਤੋਂ ਆਪਣੇ ਬੱਚਿਆਂ ਤੋਂ ਦੂ ਬਹੁਤ ਔਖਾ ਵਾ ਕਿੰਨੇ ਕੁ ਲੋਕਾਂ ਦਾ ਗੈਂਗ ਜਿਹੜਾ ਇਸ ਤਰੀਕੇ ਦੇ ਨਾਲ ਪਰਮਾ ਕੇ ਕੁੜੀਆਂ ਨੂੰ ਉੱਥੇ ਬੰਦਕ ਬਣਾਇਆ ਜਾ ਰਿਹਾ ਹੈ ਗੈਂਗ ਦੇਖੋ ਇਹਨਾਂ ਮੈਨੂੰ ਤਾਂ ਇਥੋਂ ਜਨਕੀ ਵੀ ਇਹਨਾਂ ਦਾ ਜਨਕੀ ਰੇਸ਼ਮ ਜੈਂਟ ਤੇ ਜਾਂ ਕਮਲ ਦੀ ਫੱਟੀ ਬਾਕੀ ਹੋਰ ਵੀ ਹੋਣਗੇ ਸਟਾਫ ਜਿੰਨੀਆਂ ਉੱਥੇ ਕੁੜੀਆਂ ਵੀ ਕੱਲੀਆਂ ਆਪਾਂ ਨਹੀਂ ਕਹਿੰਦੇ ਵੀ ਇਹਨਾਂ ਨੇ ਕੱਲੀਆਂ ਹੋਣਗੀਆਂ ਹੋਰ ਵੀ ਇਹਨਾਂ ਦਾ ਸਟਾਫ ਕਾਫੀ ਵੱਡਾ ਹੋਊਗਾ ਜੈਂਟ ਸਾਰੇ ਸੀ ਉੱਥੇ ਕਿੰਨੇ ਲੋਕ ਸੀ ਇਹਦੇ ਨਾਲ ਉੱਥੇ ਬਸ ਇੱਕ ਵਾਰੀ ਤਾਂ ਦੋ ਤਿੰਨ ਲੋਕ ਹੀ ਆਉਂਦੇ ਸੀ ਕਿ ਜਿਹੜੇ ਜਨਕੀ ਜਿਨ੍ਹਾਂ ਨੂੰ ਉਹ ਖਾਸ ਤੌਰ ਤੇ ਬੁਲਾਉਂਦੇ ਆ ਜਿੰਦਾ ਬਾਕੀ ਜਨਕੀ ਅੰਦਰ ਕੈਦ ਕੀਤੇ ਮੈਂ ਬਾਹਰ ਕੋਈ ਜਨਕੀ ਨਿਕਲ ਨਹੀਂ ਦਿੰਦੇ ਕਿਸੇ ਤਰੀਕੇ ਤੇ ਵੀ ਅੰਦਰ ਕਹਿ ਕੇ ਜੋ ਉਹਨਾਂ ਦੇ ਹੁਕਮ ਚ ਰਹਿ ਕੇ ਕਹਿਣਾ ਪੈਂਦਾ ਵਾ ਇੱਕ ਵਾਰੀ ਬਹੁਤ ਜਨਕੀ ਬਹੁਤ ਮੁਸ਼ਕਲ ਦੀ ਘੜੀ ਕੱਢ ਨੀ ਮੈਨੂੰ 15-20 ਦਿਨ ਜਨਕੀ ਪੂਰਾ ਖੇਤੂ ਕਰਦੇ ਰਹੇ ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਇਹਨਾਂ ਨੇ ਇਦਾਂ ਕੀਤਾ ਹੀ ਆ ਵੀ ਫਿਰ ਬਸ ਉਹਨਾਂ ਨੇ ਮੇਰੀ ਕੁੱਟਮਾਰ ਬਹੁਤ ਸ਼ੁਰੂ ਕੀਤੀ ਉਹਨਾਂ ਨੇ ਕਰਨੀ ਮੈਨੂੰ ਛੁੱਡਿਆਂ ਦੇ ਨਾਲ ਜਿਸ ਦਿਨ ਉਸ ਦਿਨ ਮੈਂ ਇੱਕ ਦਿਨ ਵੀਰ ਜੀ ਕੋਲ ਆਈ ਸੀ ਉਸ ਦਿਨ ਮੇਰਾ ਬਹੁਤ ਬਰਹਾਲ ਸੀ ਪਰ ਹੁਣ ਮੈਨੂੰ ਹੋ ਚਲੇ 10-12 ਦਿਨਾਂ ਹੀ ਨੂੰ ਮੈਂ ਆਪਣੀ ਕਰਵਾ ਲਈਆਂ ਉਹਦੇ ਇਲਾਜ ਕਰਵਾ ਰਹੀਆਂ ਮੈਨੂੰ ਉਹਨਾਂ ਨੇ ਕੁੱਟਮਾਰ ਵੀ ਬਹੁਤ ਕੀਤੀ ਮੇਰੇ ਤੇ ਬਹੁਤ ਉਹਨਾਂ ਨੇ ਲਜਾਮ ਵੀ ਲਾਇਆ ਆਉਂਦਿਆਂ ਤੱਕ ਉਹਨਾਂ ਨੇ ਮੈਨੂੰ ਚੋਰੀ ਦੇ ਸੈਨ ਵਿੱਚ ਉਹਨਾਂ ਨੇ ਮੈਨੂੰ ਚੋਰੀ ਦਾ ਇਲਜ਼ਾਮ ਲਾਇਆ ਮੇਰੇ ਤੇ ਕਿ ਫਿਲਹਾਲ ਮੈਂ ਆਪਣਾ 골ਡ ਵੀ ਛੱਡ ਆਈ ਆਪਣੇ ਇੰਡੀਆ ਦੇ ਕਰੰਸੀ ਵੀ ਛੱਡ ਆਈ ਮੈਂ ਆਪਣਾ ਮੋਬਾਈਲ ਵੀ ਛੱਡ ਆਈ ਜਿੱਥੇ ਕਿ ਮੈਨੂੰ ਪਤਾ ਸੀ ਮੇਰੇ ਕੈਮਰੇ ਲੱਗੇ ਮੈਂ ਕੁਝ ਚੁੱਕ ਨਹੀਂ ਸਕਦੀ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਕਿ ਮੈਂ ਕਿੱਥੇ ਕਿਛ ਲੁਕੋ ਸਕਦੀ ਫਿਰ ਵੀ ਉਹਨਾਂ ਨੇ ਮੇਰੇ ਤੋਂ ਮੈਨੂੰ ਕਹਿੰਦੇ ਤੂੰ ਇੱਕ ਅਲਮਾਰੀ ਖੋਲ ਮੈਂ ਅਲਮਾਰੀ ਵੀ ਖੋਲੀ ਇੱਕ ਲੈਗਿਸ ਪਿਆ ਸੀ ਕਹਿੰਦੇ ਫਿਰ ਉਹਨਾਂ ਨੇ ਮੇਰੇ ਤੋਂ ਪੇਪਰਾਂ ਤੇ ਸਾਈਨ ਕਰਵਾ ਲਏ ਮੈਨੂੰ ਕਹਿੰਦੇ ਮੈਂ ਕਰਦੀ ਨਹੀਂ ਸੀ ਫਿਰ ਮੈਂ ਸੋਚਿਆ ਵੀ ਚੱਲ ਕਰ ਦਿੰਨੇ ਆ ਸ਼ਾਇਦ ਮੈਨੂੰ ਕਹਿੰਦੇ ਵੀ ਤੇਰੇ ਨਹੀਂ ਤਾਂ ਤੇਰੀ ਟਿਕਟ ਕੈਂਸਲ ਹੋ ਜਾਣੀ ਆ ਤਾਂ ਮੈਂ ਡਰਦੀ ਨਹੀਂ ਕਰ ਦਿੱਤੇ ਮੈਂ ਕਿਹਾ ਚਲੋ ਠੀਕ ਆ ਬਾਅਦ ਵਿੱਚ ਜਦੋਂ ਸਾਈਨ ਕਰਵਾ ਲਏ ਉਹ ਮੈਨੂੰ ਕਹਿੰਦੇ ਅਸੀਂ ਤੈਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਤੈਨੂੰ ਇਹ ਸਾਂਤਰੀ ਕਰਵਾਇਆ ਫਿਰ ਮੈਂ ਥੋਣ ਲੱਗੀ ਰੋ ਕੇ ਬਹੁਤ ਆਈ ਮੈਂ ਕਿਹਾ ਵੀ ਮੈਨੂੰ ਹੁਣ ਇਹਨਾਂ ਨੇ ਮੈਨੂੰ ਧਮਕੀਆਂ ਬਹੁਤ ਦਿੱਤੀਆਂ ਵੀ ਤੇਰੇ ਕੱਲੇ-ਕੱਲੇ ਪਰਿਵਾਰ ਨੂੰ ਅਸੀਂ ਚੁੱਕਾਂਗੇ ਕਿ ਇਸ ਇਧਰੇ ਖਾਨਦਾਨ ਨੂੰ ਜਾਨੀ ਕਿ ਇਸ ਤਰ੍ਹਾਂ ਕਰਾ ਕੇ ਬਹੁਤ ਮਨਤਾ ਮਖਲਾ ਦਿੰਦੇ ਰਿਹਾ ਜੇ ਤੂੰ ਨਹੀਂ ਕਹੇਂਗੀ ਤੂੰ ਉੱਥੇ ਜਾ ਕੇ ਰਾਜੀਨਾਵਾ ਹੀ ਕਰਨਾ ਮੇਰੇ ਨਾਲ ਕੁਝ ਨਹੀਂ ਹੋਇਆ ਉਹਨਾਂ ਨੇ ਮੈਨੂੰ ਹੋਂਦ ਤੱਕ ਇਹੀ ਧਮਕੀ ਦਿੱਤੇ ਜੇ ਤੂੰ ਨਾਰਾਜੀਨਾਵਾ ਕੀਤਾ ਤੇ ਅਸੀਂ ਤੁਹਾਡੇ ਸਾਰੇ ਪਰਿਵਾਰ ਨੂੰ ਜਾਨੀ ਕਿ ਜੇਲ੍ਹ ਚ ਕਰਾਂਗੇ ਤਾਂ ਮੈਂ ਹਾਂ ਚਲੋ ਕੋਈ ਗੱਲ ਨਹੀਂ ਮੈਂ ਹਾਂ ਬਾਕੀ ਮੈਂ ਉਹਨਾਂ ਨੂੰ ਉੱਥੇ ਇਹੀ ਕਹਿੰਦੀ ਮੈਂ ਰਾਜੀਨਾਵਾ ਕਰੂੰਗੀ ਮੈਂ ਨਹੀਂ ਮੇਰੇ ਨਾਲ ਕੁਝ ਨਹੀਂ ਹੋਇਆ ਤੁਹਾਡੇ ਲੋਈ ਨੇ ਸਮਝ ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਉੱਥੋਂ ਦੇ ਲਾਅ ਤੇ ਨਾਲ ਜਾਂ ਕੋਈ ਰਾਹ ਪਾ ਕਰਨ ਵਾਸਤੇ ਜਾਂ ਕੋਈ ਕਾਨੂੰਨੀ ਤੌਰ ਤੇ ਕਿਸੇ ਪੁਲਿਸ ਅਧਿਕਾਰੀ ਤੱਕ ਕੋਈ ਪਹੁੰਚਣ ਵਾਸਤੇ ਉੱਥੋਂ ਹਾਂ ਪੁਲਿਸ ਸਟੇਸ਼ਨ ਮੈਨੂੰ ਖੁਦ ਮਰਾਜ ਆਪ ਹੀ ਲੈ ਗਏ ਸੀ ਤੇ ਜਦੋਂ ਮੈਂ ਉੱਥੇ ਜਾ ਕੇ ਇੱਕ ਪੁਲਿਸ ਆਫਸਰ ਨੂੰ ਮੈਂ ਦੱਸਿਆ ਉਹਨੇ ਤੇ ਵੈਸੇ ਮੈਨੂੰ ਵਧੀਆ ਜਨ ਕੀ ਕਹਿੰਦਾ ਵੀ ਬਹਿ ਜਾਓ ਤੁਸੀਂ ਇਹਦਾ ਕੋਈ ਗੱਲ ਨਹੀਂ ਤੇਰੀ ਹੈਲਪ ਕਰਦੇ ਆ ਮੁੜ ਕੇ ਇੱਕ ਹੋਰ ਪੁਲਿਸ ਆਫਸਰ ਆਇਆ ਫਿਰ ਪਤਾ ਨਹੀਂ ਉਹਨਾਂ ਨੂੰ ਉਹਨੇ ਕੀ ਕਿਹਾ ਉਹਨਾਂ ਨੂੰ ਕਹਿੰਦੇ ਮੈਂਟਲ ਵਾ ਉਹਨਾਂ ਨੇ ਫਿਰ ਜਦੋਂ ਨੇ ਕਿਹਾ ਇਹਨੂੰ ਅਸੀਂ ਤਾਂ ਕਿਹਾ ਹਸਪੀਟਲ ਦਿਖਾ ਕੇ ਲਿਆਉਣਾ ਵਾ ਵੀ ਇਹ ਮੈਂ ਉਹਨੇ ਫੇਰ ਮੈਨੂੰ ਕਿਹਾ ਕਹਿੰਦਾ ਕੁੜੀਏ ਤੂੰ ਮੈਂਟਲ ਆ ਤੇ ਤੂੰ ਜਨਨਕੀ ਵੀ ਇਹਦੇ ਜਨਨਕੀ ਤੁਸੀਂ ਹਸਪੀਟਲ ਜਾਓ ਮੈਂ ਉਹਨੂੰ ਬਹੁਤ ਜ਼ੋਰ ਲਾਇਆ ਮੈਂ ਸਾਰ ਮੈਂ ਨਹੀਂ ਮੈਂਟਲ ਮੈਨੂੰ ਸਾਰਾ ਪਤਾ ਲੱਗਦਾ ਵਾ ਵੀ ਕਿਉਂ ਤੁਸੀਂ ਇਦਾਂ ਕਰਦੇ ਮੇਰੇ ਨਾਲ ਪਰ ਉਹਨੇ ਮੇਰੀ ਗੱਲ ਨਹੀਂ ਸੁਣੀ ਉਹਨਾਂ ਨੇ ਫੇਰ ਮੈਨੂੰ ਇਹਦੀ ਗੱਡੀ 'ਚ ਹੀ ਬਾਹਰ ਦਿੱਤਾ ਬਹੁਤ ਬਹੁਤ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਲੜਕੀ ਆਪਣੇ ਪਰਿਵਾਰ ਵਿੱਚ ਆਈ ਹੈ ਕਿਉਂਕਿ ਸਾਨੂੰ ਗੁਰਪੇਜ ਨੇ ਜਿਹੜੀ ਇੱਕ ਐਪਲੀਕੇਸ਼ਨ ਭੇਜੀ ਸੀ ਕਿ ਬਾਬਾ ਜੀ ਇਸ ਤਰ੍ਹਾਂ ਸਾਡੇ ਮਲੋੜ ਦੀ ਲੜਕੀ ਹੈ ਜਿਹੜੀ ਇਸ ਤਰ੍ਹਾਂ ਉਹ ਉੱਥੇ ਜਾ ਕੇ ਗਲਤ ਥਾਂ ਤੇ ਫਸ ਗਈ ਹੈ ਤੇ ਉਹ ਉਹਨਾਂ ਦੀ ਜਿਹੜੀ ਹੈਗੀ ਆ ਸਾਨੂੰ ਵੀਡੀਓ ਵੀ ਇਹਨਾਂ ਨੇ ਪਾਈ ਸੀ ਤੇ ਅਸੀਂ ਫਿਰ ਉਹ ਉਹ ਜਿਹੜੀ ਹੈਗੀ ਆ ਆਪਣੇ ਇੱਕ ਐਪਲੀਕੇਸ਼ਨ ਜਿਹੜੀ ਹੈਗੀ ਆ ਸਾਡੇ ਜਿਹੜੇ ਸੈਂਟਰ ਦੇ ਜਿਹੜੇ ਹੈਗੇ ਆ ਵਿਦੇਸ਼ ਮੰਤਰੀ ਨੂੰ ਉਹਨਾਂ ਨੂੰ ਮੰਤਰਾਲੇ ਨੂੰ ਪਾਈ ਉਹਨਾਂ ਨੇ ਜਿਹੜਾ ਹੈਗਾ ਜੋ ਜੋ ਜਵਾਬ ਦਿੱਤਾ ਉਹਦੋਂ ਮਗਰੋਂ ਜਿਹੜਾ ਹੈਗਾ ਅਸੀਂ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਤੇ ਜਿਹੜੇ ਹੈ ਟਾਲੀਵਾਲ ਸਾਹਿਬ ਉਹਨਾਂ ਨੇ ਵੀ ਆਪਣਾ ਲੈਟਰ ਲਾ ਕੇ ਉਹਨਾਂ ਨੂੰ ਭੇਜਿਆ ਗਿਆ ਤੇ ਸਭ ਤੋਂ ਜ਼ਿਆਦੀ ਜਿਹੜੀ ਮਿਹਨਤ ਕੀਤੀ ਆਪਣੇ ਗੁਰਪੇਹ ਜੀ ਤੇ ਇਹਨਾਂ ਦੇ ਜਿਹੜੇ ਸਾਰੇ ਸਾਥੀ ਹੈ ਇਹਨਾਂ ਨੇ ਕੋਰਟ ਦੇ ਵਿੱਚ ਵੀ ਜਿਹੜੀ ਹੈ ਪਟੀਸ਼ਨ ਹੈ ਕਰਪਸ ਜਿਹੜੀ ਹੈਗੀ ਆ ਉਹ ਪਾਈ ਤੇ ਜਿਹਦੇ ਨਾਲ ਅਸੀਂ خود ਜਾ ਕੇ ਵੀ ਜਿਹੜਾ ਹੈ ਵਿਦੇਸ਼ ਮੰਤਰੀ ਨੂੰ ਮਿਲੇ ਤੇ ਇਹਨਾਂ ਦੀ ਗੱਲ ਕੀਤੀ ਕਿ ਉਹਨਾਂ ਨੇ ਹਗਾਰਾ ਦਿੱਤਾ ਕਿ ਅਸੀਂ ਜਰੂਰ ਜਿਹੜੀ ਹੈਗੀ ਉਹ ਬੱਚੀ ਨੂੰ ਵਾਪਸ ਲਿਆਵਾਂਗੇ ਅਸੀਂ ਉਹ ਵਿਦੇਸ਼ ਮੰਤਰਾਲੇ ਦੇ ਜਿਹੜੇ ਅਧਿਕਾਰੀ ਹੈ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਤੇ ਅਸੀਂ ਬੇਨਤੀ ਕਰਾਂਗੇ ਸਾਰੇ ਸਮੂਹ ਪੰਜਾਬੀਆਂ ਵਾਸਤੇ ਸਾਡੇ ਉਹਨਾਂ ਭੈਣਾ ਭਰਾਵਾਂ ਵਾਸਤੇ ਜਿਹੜੇ ਬੱਚੇ ਬਾਹਰ ਨੂੰ ਭੇਜ ਰਹੇ ਆਂ ਕਈ ਵਾਰੀ ਇਹ ਅਸੀਂ ਇੱਥੇ ਗਰੀਬੀ ਉਹ ਜਿਹੜਾ ਹੈਗਾ ਕਿ ਅਸੀਂ ਤੰਗ ਆ ਕੇ ਕਿ ਅਸੀਂ ਬਾਹਰ ਜਾਈਏ ਸਾਡੇ ਬੱਚੇ ਵਧੀਆ ਸਕੂਲਾਂ 'ਚ ਪੜਨ ਜਾਣ ਜਾਈ ਸੀ ਚੰਗਾ ਜੀਵਨ ਦੀ ਆਸ ਰੱਖ ਕੇ ਅਸੀਂ ਬਹੁਤ ਆਪਣੇ ਬੱਚਿਆਂ ਨੂੰ ਵੀ ਭੇਜ ਕਰਦੇ ਆਂ ਤੇ ਬੱਚੀਆਂ ਨੂੰ ਵੀ ਭੇਜ ਰਹੇ ਆਂ ਸੋ ਇਹਦੇ ਵਾਸਤੇ ਸਾਨੂੰ ਬਹੁਤ ਸੋਚਣ ਦੀ ਜ਼ਰੂਰਤ ਆ ਕਿ ਕਹਿੰਦੇ ਕਿ ਥੋੜਾ ਖਾ ਲੋ ਪਰ ਇੱਜ਼ਤ ਦਾ ਹੋਵੇ ਜੋ ਕੁਝ ਉਥੇ ਇਸ ਲੜਕੀ ਦੇ ਨਾਲ ਵਰਤਾਰਾ ਹੋਇਆ ਜਿਸ ਤਰ੍ਹਾਂ ਉਥੇ ਦੱਸਦੇ ਆ ਕਿ ਹੋਰ ਵੀ ਲੜਕੀਆਂ ਜਿਹੜੀਆਂ ਕਿ ਸਾਹਮਣੇ ਨਹੀਂ ਆਈਆਂ ਤੇ ਕਾਫੀ ਜੜੀਆਂ ਹੈ ਜਿਹਨੇ ਉਥੇ ਹਜੇ ਵੀ ਉਥੇ ਅੰਦਰ ਆ ਤੇ ਇਹੋ ਜਿਹੇ ਵਰਤਾਰੇ ਕਈ ਸਮਿਆਂ ਤੋਂ ਚੱਲ ਰਿਹਾ ਸੋ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਜਿਹੜੇ ਡਾਕੂਮੈਂਟ ਦੇਖਣੇ ਚਾਹੀਦੇ ਆ ਫਿਰ ਇਹੋ ਜਿਹੀਆਂ ਜਿਹੜੀਆਂ ਫਰਾਡ ਕਰਨ ਵਾਲੇ ਜਿਹੜੇ ਏਜੰਟ ਆ ਜਾਂ ਕੰਪਨੀਆਂ ਬਣੀਆਂ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਲੀਡਰਾਂ ਦੀਆਂ ਵੱਧੀਆਂ ਜਾਇਦਾਦਾਂ ਤਾਂ ਹਮੇਸ਼ਾ ਚਰਚਾਵਾਂ ਦਾ ਵਿਸ਼ਾ ਰਹੀਆਂ ਨੇ ਕਿ ਪੰਜਾਬ ਦੇ ਭਾਰਤ ਦੇ ਸਿਆਸੀ ਲੀਡਰਾਂ ਦੀਆਂ ਜਾਇਦਾਦਾਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇੱਕਦਮ ਵੱਡਾ ਉਛਾਲ ਇਹਨਾਂ ਜਾਇਦਾਦਾਂ ਦੇ ਵਿੱਚ ਪੂੰਜੀ ਦੇ ਵਿੱਚ ਆਉਂਦਾ ਆ ਅਤੇ ਕਿੱਥੋਂ ਵੱਧ ਜਾਂਦੀਆਂ ਨੇ ਇਹ ਸਵਾਲ ਖੜੇ ਹੋ ਜਾਂਦੇ ਨੇ ਤਾਂ ਹੁਣ ADR ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਪੰਜਾਬ ਦੇ ਅਤੇ ਭਾਰਤ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਆਪਣੀ ਜਾਇਦਾਦ ਦੇ ਸਵੈ ਕੋਸ਼ਨਾ ਪੱਤਰ ਧਾਰਿਤ ਕੀਤੇ ਗਏ ਸਨ ਉਹਨਾਂ ਦੀ ਤਸਦੀਕ ਕੀਤੀ ਗਈ ਹੈ ਉਹਨਾਂ ਦੀ ਰਿਸਰਚ ਦੇ ਆਧਾਰ ਦੇ ਉੱਤੇ ਇੱਕ ਰਿਸਰਚ ਪਬਲਿਸ਼ ਕੀਤੀ ਹੈ ਜਿਸ ਦੇ ਵਿੱਚ ਕਿ ਕਈ ਤਰ੍ਹਾਂ ਦੇ ਹੈਰਾਨੀਜਨਕ ਖੁਲਾਸੇ ਹੋਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਇਸ ਮਾਮਲੇ ਦੇ ਵਿੱਚ ਟੌਪ 10 ਅਮੀਰ ਹੋਏ ਐਮਪੀਆ ਦੀ ਸੂਚੀ ਦੇ ਵਿੱਚ ਪੰਜਾਬ ਦੇ ਐਮਪੀ ਹਰਸੀਮਰਤ ਕੌਰ ਬਾਦਲ ਦਾ ਨਾਮ ਵੀ ਹੈ ਹਰਸੀਮਰਤ ਕੌਰ ਬਾਦਲ ਦੀ ਪਿਛਲੇ 2 ਐਮਪੀ ਟਰਮ ਦੇ ਵਿੱਚ ਜਾਇਦਾਦ ਦੇ ਉੱਤੇ ਜਾਇਦਾਦ ਦੇ ਵਿੱਚ ਇੱਕ ਵੱਡਾ ਜਿਹੜਾ ਉਸ਼ਾਲ ਉਹ ਦੇਖਣ ਨੂੰ ਮਿਲਿਆ ਹੈ ਇਹ ਪੂਰੀ ਜਿਹੜੀ ਡਿਟੇਲ ਹੈ ਉਹ ਵੀ ਤੁਹਾਡ ਨਾਲ ਸਾਂਝੀ ਕਰਦੇ ਹਾਂ ਕਿ ਹਰਸੀਮਰਤ ਕੌਰ ਬਾਦਲ ਦੀ ਜਾਇਦਾਦ ਪਿਛਲੇ 10 ਸਾਲਾਂ ਦੇ ਵਿੱਚ ਕਿੰਨੀ ਵਧੀ ਹੈ ਤਾਂ ਹਰਸੀਮਰਤ ਕੌਰ ਬਾਦਲ ਦੀ ਜਾਇਦਾਦ 2009 ਤੋਂ ਲੈ ਕੇ 2019 ਦੇ ਵਿੱਚ ਘਾਰ 2009 ਦੇ ਵਿੱਚ ਜਦੋਂ ਉਹਨਾਂ ਨੇ ਐਮਪੀ ਦੀ ਸੀਟ ਦੇ ਲਈ ਚੋਣ ਲੜੀ ਉਦੋਂ ਉਹਨਾਂ ਨੇ ਜਿਹੜਾ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਅਤੇ 2019 ਦੇ ਵਿੱਚ ਜਦੋਂ ਉਹਨਾਂ ਨੇ ਬਠਿੰਡਾ ਤੋਂ ਜਿਹੜੀ ਐਮਪੀ ਦੀ ਸੀਟ ਲੜੀਆ ਤਾਂ ਉੱਥੋਂ ਉਹਨਾਂ ਨੇ ਜਿਹੜੀ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਹੈ ਤਾਂ ਇਹ ਜਿਹੜੀ ਐਮਪੀਆਂ ਦੇ ਵੱਲੋਂ ਖੁਦ ਹੀ ਜਾਇਦਾਦ ਦੇ ਜਿਹੜੇ ਵੇਰਵੇ ਦਿੱਤੇ ਗਏ ਨੇ ਉਸ ਆਧਾਰ ਦੇ ਉੱਤੇ ਇੱਕ ਰਿਸਰਚ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਦੇ ਵਿੱਚ ਇੱਕ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ ਉਹਨਾਂ ਦੇ ਨਾਲ ਨਾਲ ਪੰਜਾਬ ਦੇ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਦੀ ਜਾਇਦਾਦ ਦੇ ਵਿੱਚ ਵੀ 3 ਕਰੋੜ ਦਾ ਇਜਾਫਾ ਦੇਖਣ ਨੂੰ ਮਿਲਿਆ ਪਰ ਹਰਸਿਮਰਤ ਕੌਰ ਬਾਦਲ ਭਾਰਤ ਦੇ ਟੌਪ 10 ਜਿਹੜੇ ਐਮਪੀ ਨੇ ਜਿਨ੍ਹਾਂ ਦੀ ਜਾਇਦਾਦ ਐਮਪੀ ਬਣਨ ਤੋਂ ਬਾਅਦ ਬਹੁਤ ਜ਼ਿਆਦਾ ਵਧ ਗਈ ਹੈ ਉਹਨਾਂ ਦੀ ਸੂਚੀ ਦੇ ਵਿੱਚ ਆਉਂਦੇ ਨੇ ਹਰਸਿਮਰਤ ਕੌਰ ਬਾਦਲ ਤਾਂ ਪਿਛਲੇ 10 ਸਾਲਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਜਾਇਦਾਦ ਆ ਉਸ ਦੇ ਵਿੱਚ ਬਹੁਤ ਵੱਡਾ ਇਜਾਫਾ ਦੇਖਣ ਨੂੰ ਮਿਲਿਆ 2009 ਦੇ ਵਿੱਚ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਜਿਹੜੀ ਉਹਨਾਂ ਨੇ ਆਪਣੇ ਸਵੈ ਕੋਸ਼ਨਾ ਪੱਤਰ ਦੇ ਵਿੱਚ ਦਾ ਦਰਜ ਕਰਵਾਈ ਸੀ OC 60 ਕਰੋੜ 31 ਲੱਖ 135 ਰੁਪਏ ਜਿਹੜੀ ਕਿ 2014 ਦੇ ਵਿੱਚ ਵੱਧ ਕੇ 40 ਕਰੋੜ ਤੋਂ ਲਗਭਗ ਵੱਧ ਕੇ 1 ਅਰਬ 80 ਕਰੋੜ 16,64,910 ਰੁਪਏ ਬਣ ਗਈ ਅਤੇ 2019 ਦੇ ਵਿੱਚ ਜਿਹੜੀ ਉਹਨਾਂ ਨੇ ਆਪਣੀ ਜਾਇਦਾਦ ਦਰਜ ਕਰਵਾਈ ਹੈ 2019 ਦੇ ਵਿੱਚ ਉਹਨਾਂ ਦੀ ਜਾਇਦਾਦ 1 ਅਰਬ ਤੱਕ ਵੱਧ ਗਈ 1 ਅਰਬ ਤੋਂ 2 ਅਰਬ ਤੱਕ ਵੱਧ ਗਈ ਉਹ 2019 ਦੇ ਵਿੱਚ ਉਹਨਾਂ ਦੀ ਜਾਇਦਾਦ ਜੋ 2 ਅਰਬ 17 ਕਰੋੜ 99 ਲੱਖ ਰੁਪਏ ਹੋ ਗਈ ਤਾਂ 2019 ਤੋਂ ਲੈ ਕੇ 2009 ਤੋਂ ਲੈ ਕੇ 2019 ਤੱਕ ਹਰ ਸਿਮਰਤ ਕੌਰ ਬਾਦਲ ਦੀ ਜਾਇਦਾਦ 16 60 ਕਰੋੜ ਤੋਂ ਵੱਧ ਕੇ 2009 ਤੋਂ ਲੈ ਕੇ 2019 ਤੱਕ 10 ਸਾਲਾਂ ਦੇ ਵਿੱਚ ਵਿੱਚ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ 60 ਕਰੋੜ ਤੋਂ ਵੱਧ ਕੇ 2 ਅਰਬ 17 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ ਤਾਂ ਉਹਨਾਂ ਦੀ ਜਾਇਦਾਦ ਦੇ ਵਿੱਚ 200 ਫੀਸਦੀ ਤੋਂ ਵੀ ਵੱਡਾ ਇਜਾਫਾ ਦੇਖਣ ਨੂੰ ਮਿਲਿਆ ਉਹਨਾਂ ਦੀ ਜਾਇਦਾਦ 10 ਸਾਲਾਂ ਦੇ ਵਿੱਚ 1 ਅਰਬ 57 ਕਰੋੜ ਰੁਪਏ ਉਹਨਾਂ ਦੀ ਜਾਇਦਾਦ ਵਧੀ ਹੈ 10 ਸਾਲਾਂ ਦੇ ਵਿੱਚ 1 ਅਰਬ 57 ਕਰੋੜ ਰੁਪਏ ਦੀ ਜਾਇਦਾਦ ਹਰਸਿਮਰਤ ਕੌਰ ਬਾਦਲ ਦੀ ਵਧੀ ਹੈ ਜਦੋਂ ਤੋਂ ਉਹ ਐਮਪੀ ਬਣੇ ਨੇ ਉਹਨਾਂ ਦੀ ਜਾਇਦਾਦ ਦੇ ਵਿੱਚ 1 ਅਰਬ 57 ਕਰੋੜ ਤੋਂ ਵਧੇਰੇ ਦਾ ਇਜਾਫਾ ਦੇਖਣ ਨੂੰ ਮਿਲਿਆ ਤਾਂ ਹੈਰਾਨੀਜਨਕ ਖੁਲਾਸੇ ਨੇ ਜਿਹੜੇ ਉਹ ਹੋਏ ਨੇ ਇੱਕ ਰਿਪੋਰਟ ਦੇ ਵਿੱਚ ਜਿਸ ਦੇ ਵਿੱਚ ਜਿਹੜੇ ਪੰਜਾਬ ਤੋਂ ਲੈ ਕੇ ਭਾਰਤ ਦੇ ਪੂਰੇ ਭਾਰਤ ਦੇ 71 ਐਮਪੀਜ਼ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੀ ਜਾਇਦਾਦ ਦੇ ਵਿੱਚ ਇੱਕ ਵੱਡਾ ਇਜਾਫਾ ਦੇਖਣ ਨੂੰ ਮਿਲਿਆ ਜਦੋਂ ਤੋਂ ਐਮਪੀ ਬਣੇ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਰਵਨੀਤ ਸਿੰਘ ਬਿੱਟੂ ਵੀ ਸ਼ਾਮਲ ਨੇ ਜਿਨ੍ਹਾਂ ਦੀ ਜਾਇਦਾਦ ਦੇ ਵਿੱਚ 3 ਕਰੋੜ ਦਾ ਵਾਧਾ ਹੋਇਆ ਆ ਪਰ ਹਰਸਿਮਰਤ ਕੌਰ ਬਾਦਲ ਜਦੋਂ 2009 ਦੇ ਵਿੱਚ ਐਮਪੀ ਬਣਦੇ ਨੇ ਤੇ 2019 ਦੇ ਵਿੱਚ ਐਮਪੀ ਬਣਨ ਤੱਕ 10 ਸਾਲਾਂ ਦੇ ਵਿੱਚ ਉਹਨਾਂ ਦੀ ਜਾਇਦਾਦ ਦੇ ਵਿੱਚ 1 ਅਰਬ 57 ਕਰੋੜ ਤੋਂ ਵਧੇਰੇ ਦਾ ਵਾਧਾ ਹੋਇਆ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਦੇ ਵਿੱਚ ਖਬਰ ਭਗਵੰਤਮਾਨ ਦੇ ਸ਼ਹਿਰ ਸੰਗਰੂਰ ਤੋਂ ਆ ਜਿਸ ਨੂੰ ਕਿ ਭਗਵੰਤਮਾਨ ਦੇ ਸ਼ਹਿਰ ਹੋਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਰਾਸ਼ਟਾਨੀ ਵੀ ਕਿਹਾ ਜਾਂਦਾ ਹੈ ਸੰਗਰੂਰ ਦੇ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਤਹਿਸੀਲਦਾਰ ਦੀ ਥਾਂ ਉਸ ਦਾ ਕੋਈ ਰਿਸ਼ਤੇਦਾਰ ਬੈਠਾ ਕੰਮ ਕਰ ਰਿਹਾ ਹੈ ਤਸਵੀਰਾਂ ਬਹੁਤ ਹੈਰਾਨ ਕਰਨ ਵਾਲੀਆਂ ਨੇ ਕਿ ਸਰਕਾਰੀ ਅਧਿਕਾਰੀਆਂ ਦੀ ਥਾਂ ਦੇ ਉੱਤੇ ਉਹਨਾਂ ਦੇ ਕੋਈ ਰਿਸ਼ਤੇਦਾਰ ਸਰਕਾਰੀ ਅਧਿਕਾਰੀਆਂ ਦਾ ਕੰਮ ਕਰ ਰਹੇ ਨੇ ਪਹਿਲਾਂ ਵੀ ਇਹ ਖਬਰਾਂ ਚਰਚਾਵਾਂ ਦੇ ਵਿੱਚ ਆਉਂਦੀਆਂ ਰਹੀਆਂ ਨੇ ਕਿ ਸਰਕਾਰੀ ਵਿਭਾਗਾਂ ਦੇ ਵਿੱਚ ਸਰਕਾਰੀ ਕਰਮਚਾਰੀ ਆਪ ਫਰਲੋ ਤੇ ਰਹਿੰਦੇ ਨੇ ਅਤੇ ਆਪਣੀ ਥਾਂ ਦੇ ਉੱਤੇ ਆਪਣੇ ਜਾਂ ਤਾਂ ਕਿਸੇ ਕਰੀਬੀਆਂ ਨੂੰ ਬਿਠਾ ਕੇ ਰੱਖਦੇ ਨੇ ਜਾਂ ਪ੍ਰਾਈਵੇਟ ਸੈਕਟਰ ਦੇ ਤੌਰ ਤੇ ਬੰਦਿਆਂ ਨੂੰ ਹਾਇਰ ਕਰਕੇ ਕੰਮ ਕਰਵਾਉਂਦੇ ਰਹਿੰਦੇ ਨੇ ਆ ਆਪਣੀ ਜੋ ਸਰਕਾਰ ਉਹਨਾਂ ਨੂੰ ਤਨਖਾਹ ਦਿੰਦੀ ਹੈ ਉਸ ਚੋਂ ਕੁਝ ਹਿੱਸਾ ਆਪਣੇ ਥਾਂ ਦੇ ਉੱਤੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਦਿੰਦੇ ਨੇ ਆਪ ਸਰਕਾਰੀ ਕਰਮਚਾਰੀ ਫਰਲੋ ਦੇ ਉੱਤੇ ਰਹਿੰਦੇ ਨੇ ਤਾਂ तमाम ਇਸ ਤਰ੍ਹਾਂ ਦੀ ਖਬਰਾਂ ਪਹਿਲਾਂ ਵੀ ਸਾਹਮਣੇ ਆ ਰਹੀਆਂ ਸੀ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਸੀ ਤਾਂ ਹੁਣ ਖਬਰ ਭਗਵੰਤ ਮਾਨ ਦੇ ਆਪਣੇ ਸ਼ਹਿਰ ਸੰਗਰੂਰ ਤੋਂ ਹੈ ਕਿ ਸੰਗਰੂਰ ਦੇ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਤਹਿਸੀਲਦਾਰ ਦੀ ਕੁਰਸੀ ਦੇ ਉੱਤੇ ਤਹਿਸੀਲਦਾਰ ਦੇ ਅਹੁਦੇ ਦੇ ਉੱਤੇ ਤਹਿਸੀਲਦਾਰ ਦੀ ਥਾਂ ਉਸ ਦਾ ਕੋਈ ਆਪਣਾ ਰਿਸ਼ਤੇਦਾਰ ਬੈਠਾ ਕੰਮ ਕਰ ਰਿਹਾ ਸੀ ਜਦੋਂ ਇਸ ਗੱਲ ਦੇ ਬਾਰੇ ਸਭ ਤਹਿਸੀਲਦਾਰ ਨੂੰ ਪੁੱਛਿਆ ਗਿਆ ਤਾਂ ਸਭ ਤਹਿਸੀਲਦਾਰ ਵੀ ਇਸ ਮਾਮਲੇ ਦੇ ਵਿੱਚ ਆਪਣਾ ਪੱਲਾ ਝਾੜਦੇ ਹੋਏ ਨਜ਼ਰ ਆਏ ਤਾਂ ਉਹਨਾਂ ਨੇ ਇਸ ਗੱਲ ਦੇ ਉੱਤੇ ਬਚਣ ਦੀ ਵੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਕੋਈ ਗਲਤ ਕੰਮ ਇੱਥੇ ਨਹੀਂ ਸੀ ਹੋ ਰਿਹਾ ਪਰ ਸਰਕਾਰੀ ਅਧਿਕਾਰੀ ਦੀ ਥਾਂ ਦੇ ਉੱਤੇ ਕੋਈ ਹੋਰ ਵਿਅਕਤੀ ਬੈਠਾ ਕੰਮ ਕਰ ਰਿਹਾ ਹੋਵੇ ਜਿਸ ਦਾ ਨਾ ਤਾਂ ਉਸ ਅਹੁਦੇ ਦੇ ਉੱਤੇ ਕੋਈ ਹੱਕ ਹੈ ਨਾ ਉਹ ਉਸ ਅਹੁਦੇ ਦੇ ਲਈ ਵਾਜਿਬ ਹੈ ਅਤੇ ਸਿਰਫ ਉਹ ਤਹਿਸੀਲਦਾਰ ਦਾ ਰਿਸ਼ਤੇਦਾਰ ਹੈ ਇਸ ਕਰਕੇ ਉਹ ਤਹਿਸੀਲਦਾਰ ਦੀ ਕੁਰਸੀ ਦੇ ਉੱਤੇ ਬੈਠਾ ਹੈ ਤਾਂ ਵੱਡਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੰਗਰੂਰ ਦੇ ਵਿੱਚ ਕਿ ਸਰਕਾਰੀ ਅਧਿਕਾਰੀ ਆਪ ਨਹੀਂ ਹੁੰਦੇ ਪਰ ਕੰਮ ਕਰਾਉਣ ਦੇ ਲਈ ਆਪਣੇ ਰਿਸ਼ਤੇਦਾਰਾਂ ਨੂੰ ਬਿਠਾ ਕੇ ਰੱਖਦੇ ਨੇ ਤੇ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਦੇ ਰਿਸ਼ਤੇਦਾਰ ਫਾਈਲਾਂ ਦੇ ਉੱਤੇ ਦਸਤਖਤ ਕਰਦੇ ਰਹਿੰਦੇ ਨੇ ਕੰਮ ਕਰਦੇ ਰਹਿੰਦੇ ਨੇ ਤਾਂ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਅਤੇ ਇਸ ਗੱਲ ਨੂੰ ਲੈ ਕੇ ਉੱਥੇ ਮੌਜੂਦ ਸਬ ਤਹਿਸੀਲਦਾਰ ਨੇ ਕੀ ਆਖਿਆ ਸੰਗਰੂਰ ਦੀ ਤਹਿਸੀਲ ਦਾ ਤਹਿਸੀਲ ਦਫ਼ਤਰ ਦੇ ਵਿੱਚ ਜਿੱਥੇ ਤਹਿਸੀਲਦਾਰ ਦੀ ਥਾਂ ਦੇ ਉੱਤੇ ਉਸਦਾ ਕੋਈ ਰਿਸ਼ਤੇਦਾਰ ਕੰਮ ਕਰ ਰਿਹਾ ਸੀ ਤਾਂ ਉਸ ਦੇ ਇਸ ਮਾਮਲੇ ਦੇ ਵਿੱਚ ਸਬ ਤਹਿਸੀਲਦਾਰ ਨੇ ਕੀ ਆਖਿਆ ਤੁਹਾਨੂੰ ਸੁਣਾਉਣਾ ਆ ਵੀ ਹੋਣੀ ਹੈ ਜੀ ਇੱਥੋਂ ਚੱਕ ਕੇ ਮੋਹਰ ਆਰ ਸੀ ਉਸ ਟਾਈਮ ਹੈ ਨਹੀਂ ਸੀਗਾ ਤਾ ਕਰਕੇ अदरवाइज ਤਾਂ ਕੋਈ ਲੈਣਾ ਦੇਣਾ ਨਹੀਂ ਇਸ ਗੱਲ ਦਾ ਜੀ ਉਹਦੀ ਉਹਦੀ ਆਪਣੀ ਡਿਊਟੀ ਹੈ ਜੀ ਪ੍ਰਾਈਵੇਟ ਬੰਦਾ ਐਂਟਰੀ ਕਿਵੇਂ ਕਰ ਰਿਹਾ ਫਿਰ ਉਹ ਕੋਈ ਨੁਕਸਾਨ ਵੀ ਕਰ ਸਕਦੇ ਕਿਉਂਕਿ ਇੱਥੇ ਡਾਕੂਮੈਂਟਸ ਲੋਕਾਂ ਦੇ ਜ਼ਰੂਰੀ ਪੈਂਦੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਅਸੀਂ ਇਸ ਚੀਜ਼ ਦਾ ਪੂਰਾ ਧਿਆਨ ਰੱਖ ਰਹੇ ਹਾਂ ਬਿਲਕੁਲ ਵੀ ਕੋਈ ਹੱਥ ਨਹੀਂ ਲਾਏਗਾ ਕਿਸੇ ਤਰ੍ਹਾਂ ਦਾ ਉਹਦੀ ਜੋ ਆਪਣੀ ਡਿਊਟੀ ਹੈ ਪ੍ਰਾਈਵੇਟ ਤੌਰ ਤੇ ਹੁਣ ਤਾਂ ਉਹਨਾਂ ਦੇ ਸ਼ਾਇਦ ਰਿਸ਼ਤੇਦਾਰੀ ਨਹੀਂ ਨਹੀਂ ਇਸ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਹਾਂ ਜੀ ਕੀ ਐਕਸ਼ਨ ਲਓਗੇ ਤੁਸੀਂ ਜਿਹੜਾ ਉਹ ਚੀਟ ਕਰਦਾ ਨਜ਼ਰ ਆ ਰਿਹਾ ਹੈ ਨਹੀਂ ਨਹੀਂ ਕੋਈ ਐਸੀ ਉਹਨੇ ਕੋਈ ਛੜਛੜ ਵਾਲੀ ਗੱਲ ਨਹੀਂ ਕੀਤੀ ਹੈਗੀ ਹਾਂਜੀ ਸਟੈਂਪ ਲਗਾਈ ਸੀ ਠੀਕ ਹੈ ਉਹਨਾਂ ਵਰਜ ਦਿੱਤਾ ਵੀ ਅੱਗੇ ਵਾਸਤੇ ਬਿਲਕੁਲ ਵੀ ਤੁਸੀਂ ਕਿਸੇ ਪੇਪਰ ਨੂੰ ਹੱਥ ਨਹੀਂ ਲਾਉਂਗੇ ਇਹ ਜਗਾਰ ਸੀ ਹੋਵੇ ਨਾ ਹੋਵੇ ਡਾਕੂਮੈਂਟ ਕੋਈ ਫੜਾਣਗੇ ਤੁਸੀਂ ਕਿਸੇ ਨੇ ਨਹੀਂ ਫੜਾਣਾ ਹੈਗਾ ਮਤਲਬ ਕਿ ਉਹਨੂੰ ਵਾਰਨਿੰਗ ਦੇ ਕਿ ਸ਼ਕ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਕਹਿ ਦਿੱਤਾ ਬਿਲਕੁਲ ਨਹੀਂ ਅਗਲੀ ਖਬਰ ਬੈਬਲ ਕਲਾ ਇਨਸਾਫ ਮੋਰਚੇ ਤੋਂ ਹੈ ਪਿਛਲੇ 400 ਦਿਨਾਂ ਤੋਂ ਲੱਗਿਆ ਹੋਇਆ ਬੈਬਲ ਕਲਾ ਇਨਸਾਫ ਮੋਰਚਾ ਜਿਹੜਾ ਸਰਕਾਰ ਤੋਂ ਹਰ ਵਾਰ ਇਨਸਾਫ ਦੀ ਉਮੀਦ ਕਰਦਾ ਤਾਂ ਬੈਬਲ ਕਲਾ ਮੋਰਚੇ ਨੇ ਪਿਛਲੀ ਵਾਰ ਸਰਕਾਰ ਨੂੰ 31 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਸੀ ਇਨਸਾਫ ਦੇ ਲਈ ਅਤੇ ਪੀੜਤਾਂ ਨੂੰ ਇਨਸਾਫ ਦੇਣ ਦੇ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਲਈ ਪਰ 31 ਜਨਵਰੀ ਲੰਘਣ ਤੋਂ ਬਾਅਦ ਬੈਬਲ ਕਲਾ ਇਨਸਾਫ ਮੋਰਚੇ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਜੇਕਰ 31 ਜਨਵਰੀ ਤੱਕ ਇਨਸਾਫ ਨਹੀਂ ਮਿਲਦਾ ਤਾਂ 5 ਫਰਵਰੀ ਨੂੰ 2023 ਦੀ 5 ਫਰਵਰੀ ਨੂੰ ਬੈਬਲ ਕਲਾ نیشنل ਹਾਈਵੇ ਨੂੰ ਪੱਕੇ ਤੌਰ ਦੇ ਉਤੇ ਜੰਪ ਕੀਤਾ ਜਾਊਗਾ ਤੇ ਉੱਥੇ ਪੱਕੇ ਤੌਰ ਦੇ ਉਤੇ ਸੜਕ ਦੇ ਉੱਤੇ ਧਰਨਾ ਲਗਾਇਆ ਜਾਊਗਾ ਤਾਂ 31 ਜਨਵਰੀ ਵੀ ਲੰਘ ਗਈ ਹੈ ਤੇ 5 ਫਰਵਰੀ ਵੀ ਆ ਗਈ ਪਰ ਬੈਬਲ ਕਲਾ ਇਨਸਾਫ ਮੋਰਚੇ ਦੀ ਗੱਲ ਨਹੀਂ ਸੁਣੀ ਗਈ ਇਨਸਾਫ ਬਾਬਲ ਕਲਾ ਮੋਰਚੇ ਨੂੰ ਨਹੀਂ ਮਿਲਿਆ ਜਿਸ ਕਰਕੇ ਬਾਬਲ ਕਲਾ ਇਨਸਾਫ ਮੋਰਚੇ ਦੇ ਵੱਲੋਂ ਬਾਬਲ ਕਲਾ ਨੈਸ਼ਨਲ ਹਾਈਵੇ ਨੂੰ ਪੱਕੇ ਤੌਰ ਦੇ ਉੱਤੇ ਜਾਮ ਕਰ ਦਿੱਤਾ ਗਿਆ ਆ ਪੱਕੇ ਤੌਰ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਪਹਿਲਾਂ ਵੀ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਤੋਂ ਪਹਿਲਾਂ ਵੀ ਉੱਥੇ ਪੱਕੇ ਤੌਰ ਦੇ ਉੱਤੇ ਧਰਨਾ ਲਗਾਏ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਸ਼ਹੀਦੀ ਜੋੜ ਮੇਲ ਦੇ ਚੱਲਦਿਆਂ ਉਸ ਪੱਕੇ ਧਰਨੇ ਨੂੰ ਚੱਕ ਲਿਆ ਗਿਆ ਸੀ ਅਤੇ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਫਤੇਗੜ ਸਾਹਿਬ ਪਹੁੰਚਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਪਰ ਉਸ ਤੋਂ ਬਾਅਦ ਬੈਬਲ ਕਲਾ ਇਨਸਾਫ ਮੋਰਚੇ ਨੇ ਸਰਕਾਰ ਨੂੰ ਸਮਾ ਦਿੱਤਾ ਕਿ ਜਨਵਰੀ 31 ਜਨਵਰੀ 2023 ਤੱਕ ਇਨਸਾਫ ਕਰੋ ਨਹੀਂ ਤਾਂ ਬੈਬਲ ਕਲਾ ਨੈਸ਼ਨਲ ਹਾਈਵੇ ਨੂੰ ਪੱਕੇ ਤੌਰ ਦੇ ਉੱਤੇ ਜਾਮ ਕੀਤਾ ਜਾਊਗਾ ਪਰ 31 ਜਨਵਰੀ ਲੰਘ ਗਈ ਇਨਸਾਫ ਨਹੀਂ ਮਿਲਿਆ ਜਿਸ ਤੋਂ ਬਾਅਦ 5 ਫਰਵਰੀ ਨੂੰ ਕੱਲ ਬੈਬਲ ਕਲਾ ਇਨਸਾਫ ਮੋਰਚੇ ਨੇ ਬੈਬਲ ਕਲਾਂ ਨੈਸ਼ਨਲ ਹਾਈਵੇ ਨੂੰ ਪੱਕੇ ਤੌਰ ਦੇ ਉਤੇ ਜਾਮ ਕਰ ਦਿੱਤਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਬੈਬਲ ਕਲਾਂ ਇਨਸਾਫ ਮੋਰਚੇ ਦੇ ਵੱਲੋਂ ਬੈਬਲ ਕਲਾਂ ਨੈਸ਼ਨਲ ਹਾਈਵੇ ਨੂੰ ਪੱਕੇ ਤੌਰ ਦੇ ਉਤੇ ਜਾਮ ਕਰ ਦਿੱਤਾ ਗਿਆ ਤਾਂ ਉਹ ਰਾਹ ਉਸ ਨੈਸ਼ਨਲ ਹਾਈਵੇ ਨੂੰ ਪਹਿਲਾਂ ਜਿੱਥੇ ਇੱਕ ਪਾਸਿਓਂ ਜਾਮ ਕੀਤਾ ਗਿਆ ਸੀ ਹੁਣ ਦੋਨੇ ਪੰਨਿਓ ਇਸ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਤਾਂ ਦੋਨੇ ਪਾਸੇ ਧਰਨਾ ਲਗਾ ਕੇ ਰਾਹ ਨੂੰ ਰੋਕ ਦਿੱਤਾ ਗਿਆ ਹੈ ਬੈਰੀਗੇਟ ਲਗਾ ਦਿੱਤੇ ਗਏ ਨੇ ਅਤੇ ਹੁਣ ਉਸ ਰਾਹ ਦੇ ਉੱਤੇ ਜਾਣਾ ਮੁਨਾਸਿਬ ਨਹੀਂ ਹੋਊਗਾ ਕਿਉਂਕਿ ਉਸ ਰਾਹ ਦੇ ਉੱਤੇ ਬੈਬਲ ਕਲਾ ਇਨਸਾਫ ਮੋਰਚੇ ਨੇ ਜਾਮ ਲਗਾ ਦਿੱਤਾ ਹੈ ਅਮਰੀਕਾ ਦੇ ਦੱਖਣੀ ਕੈਰੋਲੀਨਾ ਟੱਟ ਦੇ ਉੱਤੇ ਇੱਕ ਚੀਨੀ ਗੁਬਾਰਾ ਆਇਆ ਜਿਸ ਨੂੰ ਕਿ ਅਮਰੀਕਾ ਦੇ ਜੈਟ 22 ਦੇ ਨਾਲ ਉਡਾ ਦਿੱਤਾ ਗਿਆ ਅਮਰੀਕਾ ਨੇ ਚੀਨ ਦੇ ਉੱਤੇ ਜਸੂਸੀ ਕਰਨ ਦੇ ਇਲਜ਼ਾਮ ਲਗਾਏ ਅਮਰੀਕਾ ਦਾ ਕਹਿਣਾ ਸੀ ਕਿ ਚੀਨ ਆਪਣੇ ਗੁਬਾਰਿਆਂ ਰਾਹੀਂ ਅਮਰੀਕਾ ਦੇ ਫੌਜੀ ਟਿਕਾਣਿਆਂ ਦੇ ਉੱਤੇ ਜਸੂਸੀ ਕਰ ਰਿਹਾ ਹੈ ਇਸ ਕਰਕੇ ਇੱਕ ਵੱਡਾ ਮਨੁੱਖ ਰਹਿਤ ਗੁਬਾਰਾ ਚੀਨ ਦੇ ਵੱਲੋਂ भेजया ਗਿਆ ਜਿਹੜਾ ਕਿ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਤੱਟ ਤੱਕ ਪਹੁੰਚਿਆ ਜਿਸ ਨੂੰ ਕਿ ਅਮਰੀਕੀ ਹਵਾਈ ਸੈਨਾ ਨੇ ਬੰਬ ਦੇ ਨਾਲ ਉਡਾ ਦਿੱਤਾ ਮਿਜ਼ਾਈਲ ਦੇ ਨਾਲ ਉਡਾ ਦਿੱਤਾ ਜਿਸ ਗੁਬਾਰੇ ਨੂੰ ਤਾਂ ਇਹ ਇਲਜ਼ਾਮ ਲਗਾਏ ਨੇ ਅਮਰੀਕਾ ਨੇ ਚੀਨ ਦੇ ਉੱਤੇ ਕਿ ਚੀਨ ਗੁਬਾਰੇਆਂ ਰਾਹੀਂ ਅਮਰੀਕਾ ਦੇ ਫੌਜੀ ਟਿਕਾਣਿਆਂ ਦੇ ਉੱਤੇ ਜਾਸੂਸੀ ਕਰ ਰਿਹਾ ਇੱਕ ਵੱਡੇ ਗੁਬਾਰੇ ਜਿਹੜਾ ਇੱਕ ਵੱਡਾ ਗੁਬਾਰਾ ਆ ਉਹ ਅਮਰੀਕਾ ਭੇਜਿਆ ਗਿਆ ਚੀਨ ਦੇ ਵੱਲੋਂ ਅਜਿਹਾ ਦਾਵਾ ਜਿਹੜਾ ਜਿਹੇ ਇਲਜ਼ਾਮ ਨੇ ਚੀਨ ਦੇ ਉੱਤੇ ਅਮਰੀਕਾ ਨੇ ਲਗਾਏ ਨੇ ਪਰ ਚੀਨ ਇਹਨਾਂ ਇਲਜ਼ਾਮਾਂ ਨੂੰ ਖਾਰਜ ਕਰਦਾ ਹੋਇਆ ਨਜ਼ਰ ਆਇਆ ਪਰ ਜਿਹੜਾ ਗੁਬਾਰਾ ਜਿਸ ਨੂੰ ਚੀਨੀ ਗੁਬਾਰਾ ਕਿਹਾ ਜਾ ਰਿਹਾ ਸੀ ਜਿਹੜਾ ਅਮਰੀਕਾ ਦੇ ਦੱਖਣੀ ਕੈਰੋਲਾਈਨਾ ਦੇ ਟਾਟ ਤੱਕ ਪਹੁੰਚਿਆ ਮਨੁੱਖ ਰਹਿਤ ਇੱਕ ਵੱਡਾ ਚਿੱਟੇ ਰੰਗ ਦਾ ਗੁਬਾਰਾ ਸੀ ਜਿਸ ਨੂੰ ਕੇ ਅਮਰੀਕਾ ਦੀ ਹਵਾਈ ਫੌਜ ਦੇ ਜੈਟ ਨੇ ਹਵਾਈ ਫੌਜ ਜੈਟ 22 ਨੇ ਉਡਾ ਦਿੱਤਾ ਇਸ ਨੂੰ ਮਿਜ਼ਾਈਲ ਦੇ ਨਾਲ ਉਡਾ ਦਿੱਤਾ ਗਿਆ ਤਸਵੀਰਾਂ ਨੇ ਜਿਹੜੀਆਂ ਤੁਹਾਡਨਾਂ ਸਾਂਝੀਆਂ ਕਰ ਰਹੇ ਹਾਂ ਕਿ ਇਸ ਗੁਬਾਰੇ ਨੂੰ ਉਡਾਉਣ ਤੋਂ ਬਾਅਦ ਅਮਰੀਕਾ ਅਤੇ ਚੀਨ ਦੇ ਸਬੰਧਾਂ ਦੇ ਵਿੱਚ ਕਾਫੀ ਤਲਖੀ ਦੇਖਣ ਨੂੰ ਮਿਲ ਰਹੀ ਹੈ ਦੋਨੇ ਬਾਜਿਓਂ ਦੋਨੇ ਪਾਸਿਓਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਹੈ ਅਤੇ ਚੀਨ ਦੇ ਉੱਤੇ ਅਮਰੀਕਾ ਇਲਜ਼ਾਮ ਲਗਾ ਰਿਹਾ ਹੈ ਕਿ ਚੀਨ ਆਪਣੇ ਗੁਬਾਰਿਆਂ ਦੇ ਨਾਲ ਅਮਰੀਕਾ ਦੇ ਅਮਰੀਕਾ ਦੇ ਵਿੱਚ ਜਸੂਸੀ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਅਮਰੀਕਾ ਦੇ ਫੌਜੀ ਟਿਕਾਣਿਆਂ ਦੀ ਜਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਚੀਨ ਨੇ ਇਹਨਾਂ ਤਮਾਮ ਗੱਲਾਂ ਬਾਤਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਅਮਰੀਕਾ ਦੇ ਵੱਲੋਂ ਬੇਬੁਨਿਆਦ ਇਲਜ਼ਾਮ ਨੇ ਜਿਹੜੇ ਉਹ ਚੀਨ ਦੇ ਉੱਤੇ ਲਗਾਏ ਜਾ ਰਹੇ ਨੇ ਤਾਂ ਇਹ ਸਨ ਅੱਜ ਦੀਆਂ ਚੋਣਵੀਆਂ ਤੇ ਪ੍ਰਮੁੱਖ ਖਬਰਾਂ ਜਿਨ੍ਹਾਂ ਦੇ ਉੱਤੇ ਤੁਹਾਡੀ ਅਤੇ ਸਾਡੀ ਨਜ਼ਰ ਹੋਣੀ ਬਹੁਤ ਜ਼ਰੂਰੀ ਹੈ ਤਾਂ ਬਣੇ ਰਹੋ ਪੀਬੀਸੀ ਦੇ ਨਾਲ ਅਗਲੀ ਵਾਰ ਫਿਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਚੋਣਵੀਆਂ ਤੇ ਪ੍ਰਮੁੱਖ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਮਦੀਪ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗ